ਸਾਰਿਆਂ ਨੂੰ ਵੈਲਕਮ ਬੈਕ ਟੂ ਜੱਸੜ ਵਲੌਗਸ। ਤੇ ਅਮੀਤਾ ਤੁਸੀਂ ਸਾਰੇ ਠੀਕ ਹੋਵੋਗੇ, ਮੈਂ ਵੀ ਠੀਕ ਹਾਂ। ਤੇ ਅੱਜ ਆਪਾਂ ਪਤਾ ਕਿੱਥੇ ਚੱਲੇ ਹਾਂ? ਅੱਜ ਆਪਾਂ ਚੱਲੇ ਹਾਂ ਦੇਸ਼ ਭਗਤ ਯੂਨੀਵਰਸਿਟੀ, ਉੱਥੇ ਕੋਈ ਆਉਣ ਵਾਲਾ। ਗੈਸ ਕਰੋ ਕੌਣ ਆਊਗਾ। ਮੈਂ ਤੁਹਾਨੂੰ ਇੰਨਾ ਹਿੰਟ ਦੇ ਦਿੰਦਾ, ਦੋ ਜਾਣੇ ਆਉਣਗੇ, ਦੋਨੋਂ ਸੈਲੀਬ੍ਰਿਟੀ ਨੇ। ਬਾਕੀ ਉੱਥੇ ਜਾ ਕੇ ਦੇਖਦੇ ਹਾਂ ਆਪਾਂ ਕੀ ਕੁਛ ਹੋਊਗਾ ਉੱਥੇ, ਠੀਕ ਹੈ ਨਾ? ਅਤੇ ਕਿਹੋ ਜਿਹਾ ਫੰਕਸ਼ਨ ਆ, ਯੂਥ ਫੈਸਟੀਵਲ ਆ। ਅਤੇ ਪਹਿਲਾਂ ਤਾਂ ਆਪਾਂ ਰੋਟੀ ਖਾ ਲਈਏ, ਫਿਰ ਆਪਾਂ ਆਪਣੀ ਸਕੂਟਰੀ ਨੂੰ ਵੀ ਖਾਣਾ ਖਿਲਾ ਕੇ ਆਵਾਂਗੇ, ਜਾ ਕੇ ਪੈਟਰੋਲ ਪੰਪ 'ਤੇ, ਠੀਕ ਹੈ ਨਾ, ਪਲਾ ਕੇ ਆਵਾਂਗੇ। ਜੇ ਚਲੋ ਫਿਰ ਆਪਾਂ ਪਹਿਲਾਂ ਤਾਂ ਰੋਟੀ ਖਾ ਲੈਂਦੇ ਹਾਂ। ਹਾਂਜੀ ਗਾਈਸ, ਅਤੇ ਟਾਈਮ 10 ਵੱਜ ਗਏ ਨੇ, ਠੀਕ ਹੈ ਨਾ? ਅਤੇ ਹੁਣ ਆਪਾਂ ਚੱਲੇ ਹਾਂ, ਪਹਿਲਾਂ ਆਪਾਂ ਪੈਟਰੋਲ ਭਰਾ ਲਈਏ ਸਕੂਟਰੀ 'ਚ, ਫਿਰ ਆਪਣੇ ਦੋ ਤਿੰਨ ਬੰਦੇ ਆਉਣਗੇ ਹੋਰ ਵੀਰੇ ਦਿਹਾੜੀ, ਅਤੇ ਫਿਰ ਚੱਲਦੇ ਆਪਾਂ ਫਿਰ ਉੱਥੇ ਨੂੰ। ਚਲੋ ਚਲੋ ਬ੍ਰੋ, ਲੈਟਸ ਗੋ। ਪਹੁੰਚ ਕੇ ਮਿਲਦਾ ਤੁਹਾਨੂੰ ਤਿਆਰ ਤਿਆਰ ਹੋ ਕੇ ਸਾਰਾ ਕਰਕੇ ਚੱਲੇ ਆਪਾਂ। ਚਲੋ ਪਹਿਲਾਂ ਆਪਾਂ ਪਹੁੰਚ ਕੇ ਮਿਲਦੇ ਹਾਂ ਉੱਥੇ ਆਪਾਂ, ਠੀਕ ਹੈ? ਹਾਂਜੀ ਗਾਈ, ਤੇ ਪੰਪ ਪਹੁੰਚ ਗਏ ਆ, ਦੇਖੋ। ਹਾਂਜੀ ਗਾਈ, ਤੇ ਤੇਲ ਭਰਾ ਲਿਆ ਆ। ਬਸ ਅਸੀਂ ਜਾਣ ਦੀ ਪਈ ਆ ਸਕੂਟਰੀ 'ਚ, ਬਸ ਜਾਣ ਦੀ ਪਈ ਆ ਸਕੂਟਰੀ ਦੇ ਵਿੱਚ। ਕਹਿੰਦੀ ਆ ਸਵਾਦ ਆ ਗਿਆ ਇਹਨੂੰ ਤਾਂ ਸਕੂਟਰੀ ਨੂੰ ਲਾਉਣ, ਜਮਾ ਹੀ ਨਹੀਂ ਸੀ। ਓ ਭਾਈ ਮਾਰੋ, ਮੁਝੇ ਮਾਰੋ, ਮਾਰੋ ਮੁਝੇ, ਮਾਰੋ ਮਾਰੋ, ਨਹੀਂ ਇਹ ਮਜ਼ਾਕ ਹੋ ਰਿਹਾ, ਇੱਕ ਸੈਕਿੰਡ ਯਾਰ। ਹਾਂਜੀ ਗਾਈਸ, ਤੇ ਆਪਾਂ ਵੀਰੇ ਦੇ ਅੜੀ ਦੇ ਘਰੇ ਆ ਗਏ ਆਂ। ਕਿਹਦਾ ਘਰ ਹੈ ਇਹ? ਤੁਸੀਂ ਇਹ ਰੱਖੋ, ਮਨਪ੍ਰੀਤ ਸੋਲ ਦਾ ਘਰ ਹੈ, ਤੇ ਇੱਥੇ ਮਜੋਤ। ਟ੍ਰਿੰਕ ਹੋ ਕੇ ਭੱਜ ਗਿਆ ਮੇਰੀ ਜਾ ਓਏ, ਟ੍ਰਿੰਕ ਵਾਲੀ ਨਵੀਂ ਲੈ ਲਾ, ਟ੍ਰਿੰਕ ਹੋ ਕੇ ਭੱਜ ਗਿਆ। ਚੰਗੀਆਂ ਗੱਲਾਂ ਤੇਰੇ ਲਈ, ਸਰਦਾਰ ਜੀ ਦਾ। ਘਰੋਂ ਸਕੂਲ ਆ ਜਾਂਦੇ ਆ, ਉਰੋਂ ਭੱਜ ਜਾਂਦੇ ਆ। ਮਾਂ ਮੈਨੂੰ ਲੱਗਦਾ ਰਹਿੰਦਾ ਮੈਂ ਜਮਾ ਤੇਰੇ ਵਰਗਾ ਆਇਆ। ਅੱਛਾ ਇੱਕ ਵਾਰੀ ਸਿੱਧੂ ਦੇ ਨਾਲ ਦੇ ਤਾੜੀ ਮਾਰ ਦਿੰਦੇ। ਏਦਾਂ ਦੇ ਕਲਾਕਾਰ ਹਮੇਸ਼ਾ ਹੀ ਜਿਉਂਦੇ ਰਹਿੰਦੇ ਨੇ ਕਿਉਂਕਿ ਉਹ ਦਿਲਾਂ ਦੇ ਵਿੱਚ ਵੱਜਦੇ। ਇੰਤਜ਼ਾਰ ਦੀਆਂ ਘੜੀਆਂ ਖਤਮ ਹੋਈਆਂ, ਆਣ ਪੈਣੀ ਵਾਲਾ, ਆਣ ਪੈਣੀ ਛੋਟੇ ਜਿਹੇ ਪਿੰਡ ਤੋਂ ਅੱਜ ਕਿੱਥੋਂ ਦੀ ਕਿੱਥੇ ਪਹੁੰਚ ਗਿਆ ਬਾਈ ਆਪਣੇ ਵਿੱਚ। ਸੋ ਦੇਸ਼ ਭਗਤ ਵਾਲਿਓ, ਇੱਕ ਯਾਦਗਾਰ ਇਵੈਂਟ ਬਣਾ ਦਿਓ ਅੱਜ, ਉਹਨਾਂ ਨੂੰ ਯਾਦ ਰਹੇਗੀ ਕਿ ਉਹ ਦੇਸ਼ ਭਗਤ ਆਏ ਸੀ। ਸੁਣਾਓ, ਵੈਲਕਮ ਖਾਨ ਪੈਣੀ। ਗਾਈਸ ਖਾਨ ਪੈਣੀ ਵਾਲਾ ਆ ਗਿਆ ਹੈ, ਉਹ ਦੇਖੋ ਅੰਡੈਵਰ ਚ ਕੀਤਾ ਕੀ ਆ ਬਿੱਲੋ, ਬਸ ਪਟਾਕੇ ਹੀ ਤਾਂ ਪਾਏ ਆ। ਠੀਕ ਠਾਕ ਹੋ ਸਾਰੇ?
मैं ठीक नहीं सी पर मैं हुण इत्थे आके देख के सानू ठीक हो गया। अपने अपने नाम की ताड़ी मारो सारे जने, एक ताड़ी आपके बेबे बापू के नाल ही मारो। लेट हो गया थोड़ा है, चल कोई भाई चाह पिया तो चाह यार। ਕਾਰਾਂ ਵਿੱਚ ਰਹਿੰਦੇ ਜਿਹੜੇ ਯਾਰਾਂ ਤੋਂ ਵੀ ਜਾਏਗਾ ਬੇਲੜਾ ਨਾ ਲਾ ਕੇ ਯਾਰੀਆਂ। ਉਹ ਮਾਏ ਅਫਗਾਨਾਂ ਮੰਗਾਇਆ ਗੋਰੀਏ ਕਿਹੜਾ ਖਾਈ ਫਿਰਦਾ ਕਹੀਂ ਖਾਈ ਫਿਰਦਾ। ਧੰਦੇ ਕਰਦਾ ਸੀ ਬਾਪੂ ਕੋਲੋਂ ਡਰਦਾ ਸੀ ਆਸ਼ਕੀ ਕਿਤੇ ਨਾ ਮੇਰੇ ਕਿਹੜੇ ਸੀ ਪਿੰਡੋਂ ਸਿੱਧਾ ਖੇਤ ਮਿਲੋ ਖੇਤੋਂ ਗਰਾਊਂਡ ਤੇਰੇ ਬਾਪੂ ਦੇ ਮੱਥੇ ਤੋਂ ਕਿਹੜੇ ਸੀ ਉਹ ਪੱਲੀ। ਹਾਂਜੀ ਗਾਇਜ਼, ਤੇ ਹੁਣ ਖਾਣ ਪੈਣ ਵਾਲਾ ਬਸ ਥੱਲੇ ਹੀ ਆ ਥੋੜੀ ਦੇਰ ਤੱਕ। ਹਾਂਜੀ ਇੰਜੋਏ ਕੀਤਾ ਸਾਰਿਆਂ ਨੇ। ਹਾਂਜੀ ਗਾਇਜ਼, ਦਿਸ ਇਜ਼ ਦ ਨੈਕਸਟ ਡੇ। ਤੇ ਕੱਲ ਆਪਾਂ ਦੇਸ਼ ਭਗਤ ਤੋਂ ਘਰੇ ਆ ਗਏ ਸੀਗੇ, ਪਰ ਮੈਂ ਭੁੱਲ ਗਿਆ ਸੀ ਵਲੌਗ ਦੀ ਐਂਡਿੰਗ ਕਰਨੀ, ਤੇ ਪਰ ਹੁਣ ਆਪਾਂ ਐਂਡਿੰਗ ਕਰ ਰਹੇ ਹਾਂ। ਮੈਂ ਹੁਣ ਸਕੂਲ ਚੱਲਿਆ ਸੀਗਾ, ਬਸ ਮੈਂ ਸੋਚਿਆ ਮੈਂ ਐਂਡਿੰਗ ਕਰਕੇ ਚੱਲਦੇ ਹਾਂ ਫਿਰ। ਤੇ ਸਕੂਲ ਤੋਂ ਆ ਕੇ ਆਪਾਂ ਫਿਰ ਇੱਕ ਵਾਰੀ ਜਾਣਾ ਦੂਜਾ ਦਿਨ ਅੱਜ, ਫਿਰ ਆਪਾਂ ਨੇ ਜਾਣਾ ਉੱਧਰ ਦੇਸ਼ ਭਗਤ ਦਰਬਾਰ ਤੋਂ। ਅੱਜ ਉੱਥੇ 3 ਸਿੰਗਰ ਆਉਣਗੇ, ਉਹਦਾ ਵਲੌਗ ਤੁਹਾਨੂੰ 2 ਕੁ ਦਿਨਾਂ ਬਾਅਦ ਆਜੂਗਾ, 2-3 ਦਿਨਾਂ ਬਾਅਦ ਜਾਂ ਫਿਰ 4-5 ਦਿਨਾਂ ਬਾਅਦ, ਠੀਕ ਹੈ ਨਾ। ਆਪਾਂ ਡੇਲੀ ਵਲੌਗਿੰਗ ਕਰਦੇ ਨਹੀਂ ਹੈਗੇ ਇੰਨੀ, ਆਪਾਂ ਥੋੜ੍ਹੇ ਦਿਨ ਛੱਡ ਕੇ ਵਲੌਗ ਪਾਉਂਦੇ ਹਾਂ। ਅਤੇ ਆਈ ਹੋਪ ਤੁਹਾਨੂੰ ਇਹ ਵਲੌਗ ਵਧੀਆ ਲੱਗਿਆ ਹੋਊਗਾ। ਜੇ ਵਧੀਆ ਲੱਗਿਆ ਤਾਂ ਲਾਈਕ, ਸ਼ੇਅਰ, ਕਮੈਂਟ ਕਰਿਓ, ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਬੈਲ ਦੇ ਆਇਕਨ ਨੂੰ ਜ਼ਰੂਰ ਪ੍ਰੈਸ ਕਰਿਓ। ਮਿਲਦੇ ਹਾਂ ਆਪਾਂ ਫਿਰ ਨੈਕਸਟ ਵਲੌਗ ਦੇ ਵਿੱਚ। ਥੈਂਕ ਯੂ ਸੋ ਮੱਚ ਫੋਰ ਵਾਚਿੰਗ, ਬਾਏ।